ਜਸਵਿੰਦਰ ਸਿੰਘ ਬਿੱਟਾ ਦੇ YouTube ਚੈਨਲ ਤੇ ਸਵਾਗਤ। ਕੱਲ ਇੱਕ ਖਬਰ ਆ ਰਹੀ ਸੀ ਕਿ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਆਖਿਆ ਕਿ ਇਮੀਡੀਏਟ ਤੁਸੀਂ ਆਤਮ ਸਮਰਪਣ ਕਰੋ। ਤੇ ਅੱਜ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤਿੰਦਰ ਜੈਨ ਜਿਹੜੇ 9 ਮਹੀਨੇ ਤੱਕ ਮੈਡੀਕਲ ਗਰਾਊਂਡ ਦੇ ਉੱਤੇ ਜ਼ਮਾਨਤ ਤੇ ਰਹਿਣ ਤੋਂ ਬਾਅਦ ਇੱਕ ਵਾਰ ਫਿਰ ਜਿਹੜੇ ਤਿਹਾੜ ਜੇਲ੍ਹ ਪਹੁੰਚ ਚੁੱਕੇ ਹੈ ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਪਹਿਲੀ ਨਜ਼ਰੇ ਦੋਸ਼ੀ ਦੱਸਿਆ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਹੈ ਸਤਿੰਦਰ ਜੈਨ 9 ਮਹੀਨੇ ਤੱਕ ਮੈਡੀਕਲ ਗਰਾਊਂਡ ਦੇ ਉੱਤੇ ਜ਼ਮਾਨਤ ਤੇ ਰਹਿਣ ਤੋਂ ਬਾਅਦ ਕੱਲ੍ਹ ਉਹ ਜੇਲ੍ਹ ਪਹੁੰਚ ਗਏ ਸੀ। ਪੈਸੇ ਦੇ ਲੈਣ ਦੇਣ ਮਾਮਲੇ ਦੇ ਵਿੱਚ ਉਹਨਾਂ ਦੇ ਕੇਸ ਹੈ, 2022 'ਚ ਗ੍ਰਿਫਤਾਰ ਕੀਤਾ ਜਾਂਦਾ ਹੈ। ਔਰ ਕੱਲ੍ਹ ਉਹਨਾਂ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਜਦੋਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਮਾਣਯੋਗ ਸੁਪਰੀਮ ਕੋਰਟ ਨੇ ਨਾ ਸਿਰਫ ਉਹਨਾਂ ਦੀ ਜ਼ਮਾਨਤ ਜਿਹੜੀ ਰੱਦ ਕਰ ਦਿੱਤੀ ਬਲਕਿ ਕਿਹਾ ਕਿ ਇਮੀਡੀਏਟ ਤੁਸੀਂ ਆਤਮ ਸਮਰਪਣ ਕਰੋ। ਅਤੇ ਸ਼ਾਮ ਨੂੰ ਉਹ ਤਿਹਾੜ ਜੇਲ੍ਹ ਦੇ ਵਿੱਚ ਪਹੁੰਚ ਗਏ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਮਾਣਯੋਗ ਸੁਪਰੀਮ ਕੋਰਟ ਨੇ ਸਤਿੰਦਰ ਜੈਨ ਦੀ ਜ਼ਮਾਨਤ ਪਟੀਸ਼ਨ ਨੂੰ ਜਦੋਂ ਰੱਦ ਕੀਤਾ ਤਾਂ ਇਹ ਆਖਿਆ ਕਿ ਪਹਿਲੀ ਨਜ਼ਰੇ ਸਤਿੰਦਰ ਜੈਨ ਜਿਹੜੇ ਨੇ ਦੋਸ਼ੀ ਨੇ ਔਰ ਜਾਂਚ ਏਜੰਸੀ ਦੇ ਕੋਲ ਉਹਨਾਂ ਦੇ ਖਿਲਾਫ਼ ਪੁਖਤਾ ਸਬੂਤ ਹੈ। ਮਾਣਯੋਗ ਜਸਟਿਸ ਬੇਲਾ ਐਮ ਤ੍ਰਿਵੇਦੀ ਅਤੇ ਪੰਕਜ ਮਿੱਥਲ ਦੀ ਜਿਹੜੀ ਅਦਾਲਤ ਹੈ ਉਹਨਾਂ ਵੱਲੋਂ ਇਹ ਟਿੱਪਣੀ ਕੀਤੀ ਗਈ। ਤੁਰਤ ਸਰੈਂਡਰ ਦੇ ਹੁਕਮ ਦਿੱਤੇ ਗਏ ਅਤੇ ਸ਼ਾਮ ਨੂੰ ਸਤਿੰਦਰ ਜੈਨ ਵਾਪਸ ਤਿਹਾੜ ਜੇਲ੍ਹ ਭੇਜੇ ਗਏ। ਹਾਲਾਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਉਹ ਆਪਣਾ ਸੱਜਾ ਹੱਥ ਕਹੇ ਜਾਣ ਵਾਲੇ ਨੇਤਾ ਦਾ ਬਚਾਅ ਕਰਦਿਆਂ ਹੋਇਆਂ ਦਿੱਲੀ ਵਾਲਿਆਂ ਦਾ ਹੀਰੋ ਉਹਨਾਂ ਨੂੰ ਕਰਾਰ ਦੇ ਰਹੇ। ਉਹ ਕਹਿ ਰਿਹਾ ਕਿ ਮੁਹੱਲਾ ਕਲੀਨਿਕ ਦੇ ਵਿੱਚ ਸਿਹਤ ਸੁਵਿਧਾਵਾਂ ਦੇ ਵਿੱਚ ਸਤਿੰਦਰ ਜੈਨ ਨੇ ਬਹੁਤ ਮਾਰਕੇ ਵਾਲਾ ਕੰਮ ਕੀਤਾ ਹੈ। ਅਤੇ ਦੂਜਾ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਸਾਨੂੰ ਭਰੋਸਾ ਹੈ ਕਿ ਸਤਿੰਦਰ ਜੈਨ ਇੱਕ ਨਾ ਇੱਕ ਦਿਨ ਨਿਰਦੋਸ਼ ਹੈ ਜਿਹੜਾ ਉਹ ਜੇਲ੍ਹ ਤੋਂ ਬਾਹਰ ਆਉਣਗੇ। ਔਰ ਈਡੀ ਨੇ ਸਤਿੰਦਰ ਜੈਨ ਦੇ ਕਥਿਤ ਤੌਰ 'ਤੇ ਜਿਹੜੀਆਂ ਜੁੜੀਆਂ ਸਨ ਕੰਪਨੀਆਂ ਉਹਨਾਂ ਦੇ ਵਿੱਚ ਮਨੀ ਲੈਂਡਰਿੰਗ ਦੇ ਦੋਸ਼ ਵਿੱਚ 30 ਮਈ 2022 ਨੂੰ ਗ੍ਰਿਫਤਾਰ ਕੀਤਾ ਸੀ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਨੂੰ। ਔਰ ਜੈਨ ਦੇ ਉੱਤੇ ਪ੍ਰਿਵੈਂਸ਼ਨ ਆਫ ਕਰਪਸ਼ਨ ਐਕਟ ਦੇ ਤਹਿਤ 2017 ਦੇ ਵਿੱਚ ਇੱਕ ਕੇਸ ਦਰਜ ਹੋਇਆ। ਉਸ ਆਧਾਰ ਦੇ ਉੱਤੇ ਈਡੀ ਨੇ ਜਿਹੜੀ FIR ਦਰਜ ਕੀਤੀ। ਔਰ ਪਿਛਲੇ ਸਾਲ ਮਈ ਦੇ ਵਿੱਚ ਸਤਿੰਦਰ ਜੈਨ ਹਸਪਤਾਲ ਦੇ ਬਾਥਰੂਮ ਦੇ ਵਿੱਚੋਂ ਡਿੱਗ ਪਏ ਸਨ। ਬਾਅਦ ਦੇ ਵਿੱਚ ਉਹਨਾਂ ਨੂੰ ਜੇਲ੍ਹ ਲਿਜਾਇਆ ਗਿਆ। ਖਰਾਬ ਸਿਹਤ ਦੇ ਆਧਾਰ 'ਤੇ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ। ਇਸ ਤੋਂ ਬਾਅਦ ਕਈ ਮੌਕਿਆਂ 'ਤੇ ਉਹਨਾਂ ਨੂੰ ਜਿਹੜੀ ਮੈਡੀਕਲ ਗਰਾਊਂਡ ਦੇ ਉੱਤੇ ਜ਼ਮਾਨਤ ਹੈ ਜਿਹੜੀ ਉਹ ਮਿਲਦੀ ਰਹੀ। ਹੁਣ ਕੱਲ੍ਹ ਮਾਣਯੋਗ ਸੁਪਰੀਮ ਕੋਰਟ ਨੇ ਆਖਿਆ ਕਿ ਕੇਸ ਦੇ ਜਿਹੜੇ ਸਾਰੇ ਤੱਥ ਨੇ ਔਰ ਜਿਹੜੀਆਂ ਸਥਿਤੀਆਂ ਨੇ ਉਹਨੂੰ ਧਿਆਨ ਵਿੱਚ ਰੱਖਿਆ ਅਤੇ ਸਾਡਾ ਇਹ ਵਿਚਾਰ ਹੈ ਕਿ ਜਿਹੜਾ ਅਰਜੀਕਰਤਾ ਸਤਿੰਦਰ ਜੈਨ ਹੈ ਅਸੀਂ ਉਸ ਐਸਾ ਆਧਾਰ ਉਹ ਦੱਸਣ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਜਿਹਨੂੰ ਮੰਨਿਆ ਜਾਵੇ ਕਿ ਕਥਿਤ ਤੌਰ 'ਤੇ ਉਹ ਅਪਰਾਧ ਦੇ ਵਿੱਚ ਦੋਸ਼ੀ ਨਹੀਂ ਅਤੇ ਇਸ ਦੇ ਉਲਟ ਜਿਹੜੀ ਪੁਖਤਾ ਸਮੱਗਰੀ ਜਾਂ ਡਾਕੂਮੈਂਟ ਜਿਹੜੇ ਇਕੱਠੇ ਕੀਤੇ ਜੋ ਦਿਖਾਉਂਦੇ ਹੈ ਕਿ ਪਹਿਲੀ ਨਜ਼ਰੇ ਸਤਿੰਦਰ ਜੈਨ ਅਤੇ ਉਹਦੇ ਸਾਥੀ ਜਿਹੜੇ ਨੇ ਉਹ ਇਸ ਅਪਰਾਧ ਦੇ ਵਿੱਚ ਕਥਿਤ ਤੌਰ 'ਤੇ ਦੋਸ਼ੀ ਹੈ। ਅਤੇ ਨਾਲ ਹੀ ਅਦਾਲਤ ਨੇ ਗਵਾਹਾਂ ਦੇ ਬਿਆਨਾਂ ਦਾ ਵੀ ਜ਼ਿਕਰ ਕੀਤਾ ਅਤੇ ਅਦਾਲਤ ਨੇ ਆਖਿਆ ਕਿ ਇਸ ਗੱਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਕੈਸ਼ ਦੇ ਕੇ ਕਲਕੱਤਾ ਆਧਾਰਿਤ ਇੱਕ ਐਂਟਰੀ ਓਪਰੇਟਰ ਹੈ ਉਹਦੀਆਂ 4 ਕੰਪਨੀਆਂ ਤੋਂ ਬੈਂਕ ਖਾਤਿਆਂ ਤੋਂ ਕਰੀਬ 4,81,00,000 ਰੁਪਏ ਪ੍ਰਾਪਤ ਕੀਤੇ। ਔਰ ਇਹਦਾ ਮੇਨ ਐਪਲੀਕੈਂਟ ਜਿਹੜਾ ਸੀਗਾ ਉਹ ਸੀਗਾ ਸਤਿੰਦਰ ਕੁਮਾਰ ਜੈਨ ਜੋ ਦਿੱਲੀ ਦਾ ਉਸ ਸਮੇਂ ਦਾ ਸਿਹਤ ਮੰਤਰੀ ਸੀ। ਅਦਾਲਤ ਨੇ ਆਖਿਆ ਕਿ ਇਹ ਆਈਡੀਆ ਵੀ ਇਹਨਾਂ ਦਾ ਸੀ ਕਿ ਪੈਸੇ ਕਿਵੇਂ ਲਿਆਉਣੇ ਹੈ। ਦੂਜਾ ਆਮ ਆਦਮੀ ਪਾਰਟੀ ਸਤਿੰਦਰ ਜੈਨ ਮਜ਼ਬੂਤੀ ਦੇ ਨਾਲ ਸਤਿੰਦਰ ਜੈਨ ਦੇ ਬਚਾਅ ਦੇ ਵਿੱਚ ਖੜ੍ਹੀ ਹੈ। ਔਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਤਿੰਦਰ ਜੈਨ ਨੂੰ ਜਦੋਂ ਦੁਬਾਰਾ ਜੇਲ੍ਹ ਭੇਜਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਜੈਨ ਜਿਹੜੇ ਨੇ ਉਹ ਦਿੱਲੀ ਵਾਲਿਆਂ ਦੇ ਲਈ ਹੀਰੋ ਹੈ ਅਤੇ ਉਹਨਾਂ ਨੇ 24 ਘੰਟੇ ਬਿਜਲੀ ਸਪਲਾਈ, ਮੁਫਤ ਬਿਜਲੀ, ਚੰਗੇ ਸਰਕਾਰੀ ਹਸਪਤਾਲ, ਮੁਹੱਲਾ ਕਲੀਨਿਕ ਉਪਲਬਧ ਕਰਵਾਉਣ ਦੀ ਵਿਵਸਥਾ ਕੀਤੀ ਅਤੇ ਉਹਨਾਂ ਅਤੇ ਉਹਨਾਂ ਦੇ ਪਰਿਵਾਰ
ਦੇ ਲਈ ਅਸੀਂ ਬੇਹੱਦ ਦੁਖੀ ਹਾਂ ਅਤੇ ਪਰਮਾਤਮਾ ਇਹਨਾਂ ਦੇ ਉੱਤੇ ਕਿਰਪਾ ਕਰੇ। ਇਸ ਤਰ੍ਹਾਂ ਦੀ ਅਰਦਾਸ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤੀ ਸਤਿੰਦਰ ਜੈਨ ਦੇ ਹੱਕ ਦੇ ਵਿੱਚ। ਔਰ ਦਿੱਲੀ ਸਰਕਾਰ ਦੇ ਵਿੱਚ ਜਿਹੜੇ ਮੰਤਰੀ ਹੈ ਆਮ ਆਦਮੀ ਪਾਰਟੀ ਦੀ ਨੇਤਾ ਆਤਸ਼ੀ, ਉਹਨਾਂ ਨੇ ਵੀ ਸਤਿੰਦਰ ਜੈਨ ਦਾ ਬਚਾਅ ਕੀਤਾ ਔਰ ਆਤਸ਼ੀ ਨੇ ਕਿਹਾ ਕਿ ਸਤਿੰਦਰ ਜੈਨ ਦੇ ਕੋਲ ਉਹਨਾਂ ਕੰਪਨੀਆਂ ਦੀ ਕੋਈ ਜਿਹੜੀ ਹੋਂਦ ਨਹੀਂ ਸੀ ਔਰ ਇਸ ਲਈ ਉਹ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਸ ਕੰਪਨੀ ਵੱਲੋਂ ਲਏ ਗਏ ਕਿਸੇ ਵੀ ਫੈਸਲੇ ਦੇ ਲਈ ਕਾਨੂੰਨੀ ਰੂਪ ਦੇ ਵਿੱਚ ਉੱਤਰਾਧਿਕਾਰੀ ਨਹੀਂ। ਉਹਨਾਂ ਨੇ ਆਖਿਆ ਕਿ ਕੰਪਨੀਆਂ ਜਿਹੜੀਆਂ ਸਨ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ, ਉਹਦਾ ਕੋਈ ਕੰਟਰੋਲ ਸਤਿੰਦਰ ਜੈਨ ਕੋਲ ਨਹੀਂ ਸੀਗਾ। ਇਸ ਗੱਲ ਦੀ ਸਫਾਈ ਦਿੱਤੀ। ਉਹਨਾਂ ਦੇ ਖਿਲਾਫ਼ ਇਹ ਮਾਮਲਾ ਕੁਝ ਹਵਾਲਾ ਆਪਰੇਟਰਾਂ ਦੇ ਬਿਆਨ ਦੇ ਉੱਤੇ ਆਧਾਰਿਤ ਦੱਸਿਆ, ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਹਵਾਲਾ ਆਪਰੇਟਰ ਜਿਹੜੇ ਆ ਉਹ ਹਾਲੇ ਵੀ ਘੁੰਮ ਰਹੇ ਨੇ ਅਤੇ ਉਹਨਾਂ ਨੇ ਸਤਿੰਦਰ ਜੈਨ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਸਾਫ਼ ਪਤਾ ਲੱਗਦਾ, ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਇਹ ਸਾਰਾ ਮਾਮਲਾ ਆਮ ਆਦਮੀ ਪਾਰਟੀ ਦੀ ਚੜ੍ਹਾਈ ਦੇ ਲਈ, ਰਾਜਨੀਤਿਕ ਰੰਜਿਸ਼ ਦੇ ਤਹਿਤ ਅਤੇ ਪੋਲੀਟੀਕਲ ਜਿਹੜਾ ਹੈ ਬਦਲਾਖੋਰੀ ਦੇ ਤਹਿਤ ਕੀਤਾ ਗਿਆ ਅਤੇ ਅਰਵਿੰਦ ਕੇਜਰੀਵਾਲ ਸਰਕਾਰ ਦੇ ਚੰਗੇ ਕੰਮਾਂ ਨੂੰ ਰੋਕਣ ਦੀ ਕੋਸ਼ਿਸ਼ ਹੈ। ਅਤੇ ਦੂਜਾ ਉਹਨਾਂ ਨੇ ਆਖਿਆ ਕਿ ਸਤਿੰਦਰ ਜੈਨ ਦੀ ਤਬੀਅਤ ਪੂਰੀ ਤਰ੍ਹਾਂ ਨਾਲ ਖਰਾਬ ਹੈ ਅਤੇ ਇਸ ਤੋਂ ਬਾਅਦ ਵੀ ਇਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਅਤੇ ਸਾਨੂੰ ਭਰੋਸਾ ਹੈ ਇਸ ਗੱਲ ਦਾ ਕਿ ਜਲਦ ਹੀ ਇਨਸਾਫ਼ ਮਿਲੇਗਾ। ਹਾਲਾਂਕਿ ਮਾਣਯੋਗ ਜਿਹੜੀ ਅਦਾਲਤ ਹੈ ਉਹਨਾਂ ਨੇ ਸਪੱਸ਼ਟ ਤੌਰ ਦੇ ਉੱਤੇ ਇਹ ਗੱਲ ਕਹੀ ਹੈ ਕਿ ਪਹਿਲੀ ਨਜ਼ਰੇ ਜਿਹੜਾ ਹੈ ਸਤਿੰਦਰ ਜੈਨ ਉਹ ਦੋਸ਼ੀ ਮੰਨਿਆ ਜਾ ਰਿਹਾ ਅਤੇ ਇਸੇ ਕਰਕੇ ਕੱਲ੍ਹ ਉਹਨਾਂ ਦੀ ਜਿਹੜੀ ਹੈ ਜ਼ਮਾਨਤ ਜਿਹੜੀ ਉਹਨਾਂ ਨੂੰ ਮੈਡੀਕਲ ਗਰਾਊਂਡ ਦੇ ਉੱਤੇ ਮਿਲੀ ਸੀਗੀ ਅਤੇ ਉਸੇ ਸੰਦਰਭ ਦੇ ਵਿੱਚ ਮਾਣਯੋਗ ਅਦਾਲਤ ਨੇ ਸਤਿੰਦਰ ਜੈਨ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਇਮੀਡੀਏਟ ਆਪਣੀ ਜਿਹੜੀ ਹੈ ਤੁਹਾਡੀ ਬੇਲ ਜਿਹੜੀ ਰਿਜੈਕਟ ਕੀਤੀ ਜਾਂਦੀ ਹੈ ਅਤੇ ਤੁਸੀਂ ਇਮੀਡੀਏਟ ਆ ਕੇ ਅਦਾਲਤ ਆਪਣਾ ਜਿਹੜਾ ਜੇਲ੍ਹ ਦੇ ਵਿੱਚ ਆਓ। ਪਰ ਦੂਜੇ ਪਾਸੇ ਹੁਣ ਮਾਣਯੋਗ ਅਦਾਲਤ ਦਾ ਜਿਹੜਾ ਹੁਕਮ ਆਇਆ ਇਹ ਉਸ ਗੱਲ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿੰਦੇ ਆ ਕਿ ਮੁਹੱਲਾ ਕਲੀਨਿਕ ਦੇ ਵਿੱਚ ਔਰ ਮੁਫਤ ਜਿਹੜੀਆਂ ਸਿਹਤ ਸਹੂਲਤਾਂ ਨੇ ਉਹਦੇ ਲਈ ਦਿੱਲੀ ਦੇ ਲੋਕਾਂ ਦਾ ਇਹ ਸਤਿੰਦਰ ਜੈਨ ਹੀਰੋ ਹੈ ਅਤੇ ਇਹਦੇ ਨਾਲ ਹੀ ਸਤਿੰਦਰ ਜੈਨ ਨੂੰ ਜਦੋਂ ਹੁਣ ਇਸ ਖਿਲਾਫ਼ ਜਿਹੜਾ ਤਿਹਾੜ ਜੇਲ੍ਹ ਕੱਲ੍ਹ ਭੇਜੇ ਗਏ, 10 ਮਹੀਨਿਆਂ ਦੀ ਜੇਲ੍ਹ ਦੇ ਉੱਤੇ ਸੀ ਆਪਣਾ ਬੇਲ ਦੇ ਉੱਤੇ ਸੀ ਅਤੇ ਮੌਜੂਦਾ ਸਮੇਂ 14 ਫਰਵਰੀ 2015 ਨੂੰ 31 ਮਈ 2017 ਤੱਕ ਸਤਿੰਦਰ ਜੈਨ ਦੇ ਉੱਤੇ ਚੱਲ ਅਤੇ ਅਚੱਲ ਜਾਇਦਾਦ ਇਕੱਠੀ ਕਰਨ ਦਾ ਦੋਸ਼ ਹੈ। 30 ਮਈ 2022 ਨੂੰ ED ਨੇ ਮਨੀ ਲੈਂਡਰਿੰਗ ਦਾ ਮਾਮਲਾ ਦਰਜ ਕੀਤਾ, ਸਤਿੰਦਰ ਜੈਨ ਨੂੰ ਗ੍ਰਿਫਤਾਰ ਕੀਤਾ। 17 ਨਵੰਬਰ 2022 ਨੂੰ ਟ੍ਰਾਇਲ ਕੋਰਟ ਨੇ ਜੈਨ ਨੂੰ ਜ਼ਮਾਨਤ ਅਰਜ਼ੀ ਉਹਦੀ ਰੱਦ ਕਰ ਦਿੱਤੀ, ਫਿਰ ਉਹ ਦਿੱਲੀ ਹਾਈ ਕੋਰਟ ਗਏ ਅਤੇ 6 ਅਪ੍ਰੈਲ 2023 ਨੂੰ ਹਾਈ ਕੋਰਟ ਨੇ ਸਬੂਤਾਂ ਨਾਲ ਛੇੜਛਾੜ ਦਾ ਖਦਸ਼ਾ ਪ੍ਰਗਟ ਕਰਦਿਆਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ 26 ਮਈ 2023 ਨੂੰ ਸੁਪਰੀਮ ਕੋਰਟ ਨੇ ਜੈਨ ਦੀ ਸਰਜਰੀ ਕਰਵਾਉਣ ਲਈ ਉਹਨਾਂ ਨੂੰ ਮੈਡੀਕਲ ਗਰਾਊਂਡ ਦੇ ਉੱਤੇ ਅੰਤਰਿਮ ਬੇਲ ਦਿੱਤੀ ਸੀ ਔਰ ਕੱਲ੍ਹ 18 ਮਾਰਚ 2024 ਨੂੰ ਸੁਪਰੀਮ ਕੋਰਟ ਨੇ ਜੈਨ ਨੂੰ ਪੱਕੀ ਜਿਹੜੀ ਜ਼ਮਾਨਤ ਹੈ ਉਹ ਰੱਦ ਕਰ ਦਿੱਤੀ ਅਤੇ ਕਹਿ ਦਿੱਤਾ ਵੀ ਤੁਸੀਂ ਇਮੀਡੀਏਟ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਪਹੁੰਚੋ। ਸੋ ਇਹਦੇ ਵਿੱਚ ਹੁਣ ਮਾਣਯੋਗ ਸੁਪਰੀਮ ਕੋਰਟ ਦਾ ਜਿਹੜਾ ਅੱਜ ਦਾ ਹੁਕਮ ਹੈ ਉਹਦੇ 'ਚ ਹੈ ਕਿ ਪਹਿਲੀ ਨਜ਼ਰੇ ਸਤਿੰਦਰ ਜੈਨ ਦੋਸ਼ੀ ਨੇ, ED ਦੇ ਕੋਲ ਪੁਖਤਾ ਸਬੂਤ ਹੈ ਅਤੇ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਦੇ ਜਿਹੜੇ ਹੀਰੋ ਨੇ, ਜੋ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਹੀਰੋ ਕਹਿ ਰਹੇ ਹੈ, ਉਹਨਾਂ ਦੇ ਖਿਲਾਫ਼ ਪੁਖਤਾ ਸਬੂਤ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਜਦੋਂ ਖੁਲਾਸਾ ਹੋਏਗਾ ਤਾਂ ਆਮ ਆਦਮੀ ਪਾਰਟੀ ਨੂੰ ਇਹਦੇ ਨਾਲ ਕਾਫ਼ੀ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੋ ਮੈਨੂੰ ਜਸਵਿੰਦਰ ਸਿੰਘ ਬਿੱਟਣ ਦਿਓ ਇਜਾਜ਼ਤ ਸਾਫ਼ ਸੁਥਰੀ ਪੱਤਰਕਾਰੀ ਦੇ ਲਈ। ਜੇਕਰ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਤਾਂ ਇਹਨੂੰ ਸਹਿਯੋਗ ਦਿਓ, ਜੇ ਤੁਹਾਨੂੰ ਇਹ ਖਬਰ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰਿਓ, ਆਪਣੇ ਦੋਸਤਾਂ ਨੂੰ ਦੱਸੋ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ, ਸ਼ੁਕਰੀਆ।